ਰਾਮ ਰਾਮ ਜੀ ਸਾਰੇ ਕੋ ਸਵੇ ਠੀਕ ਹੈ ਤੇ ਮੈਂ ਮੰਨੂ ਵਾਸਤੇ ਤਿਆਰੀ ਕਰੇਂਦੀ ਪਈ ਆ ਲੰਚ ਬਾਕਸ ਦੀ ਅੱਜ ਮੈਂ ਉਹਦੇ ਵਾਸਤੇ ਬਣੇਂਦੀ ਪਈ ਆ ਸੈਂਡਵਿਚ ਟੋਸਟ ਵੀ ਆਖ ਸਕਦੇ ਹੋ ਤੁਸੀਂ ਤੇ ਮੇ ਕੋ ਰਾਤੀ ਨਾ ਆਖ ਕੇ ਸਮਝਾ ਕਿ ਮੇ ਕੋ ਸਵੇਰੇ ਕੀ ਲੈ ਕੇ ਜਾਣਾ ਹੈ ਕੋਈ ਸਪੈਸ਼ਲ ਚੀਜ਼ ਹੈ ਤਾਂ ਮੈਂ ਰਾਤੀ ਤਿਆਰੀ ਕਰਕੇ ਸਮਝਿਆ ਤਾਂ ਕਿ ਨਾ ਸਵੇਰੇ ਸਵੇਰੇ ਬਹੁਤ ਔਖਾ ਹੋਵੇਂ ਦਾ ਤਿਆਰੀ ਕਰਨਾ ਤੇ ਮੈਂ ਰਾਤੀ ਆਲੂ ਨੂੰ ਉਬਾਲ ਕੇ ਸਮਝਿਆ ਹਾਂ ਕਿ ਫਟਾਫਟ ਨਾ ਸਵੇਰੇ ਸੈਂਡਵਿਚ ਬਣ ਜੇ ਤੇ ਇੱਥੇ ਮੈਂ ਟੋਸਟ ਬਣੇਂਦੀ ਪਈ ਆ ਇਸ ਟੋਸਟਰ ਇਸ ਤੇ ਕਾਫੀ ਕ੍ਰਿਸਪੀ ਕ੍ਰਿਸਪੀ ਬਾਣਵੇਂ ਨੇ ਤੇ ਫਟਾਫਟ ਮੈਂ ਟੋਸਟ ਬਣਾ ਕੇ ਆ ਗਈ ਮੈਂ ਕੱਪੜੇ ਭਿਗੋਏ ਨੇ ਮੈਂ ਕਿਹਾ ਚੱਲ ਫਟਾਫਟ ਇੱਕ ਨੂੰ ਮਸਲ ਲੇਸਾਂ ਬਾਅਦ ਵਿੱਚ ਭਿਗੋ ਕੇ ਰੱਖਣ ਨਾਲ ਨਾ ਕਿਹਾ ਸੀ ਨਾ ਕਿ ਮੈਲ ਹੌਲੀ ਥੀਵੇਂਦੀ ਹੈ ਮਤਲਬ ਹਲਕੀ ਥੀਵੇਂਦੀ ਹੈ ਫਿਰ ਮਸਲੇ ਨੇ ਜਿਆਦਾ ਤਾਕਤ ਨਹੀਂ ਲਾਉਣੀ ਪਉਂਦੀ ਜ਼ੋਰ ਨਹੀਂ ਲੱਗਦਾ ਮੈਨੂੰ ਲੱਗਾ ਕਿ ਸਕੂਲ ਤੇ ਮੈਂ ਆ ਗਈ ਆਪਣਾ ਕੱਪੜੇ ধਵਨ ਨਹਾਉਣ ਤੋਂ ਪਹਿਲੇ ਕੱਪੜੇ ਵਾਲਾ ਕੰਮ ਕਰ ਲੈਣੀ ਆ ਤਾਂ ਕਿ ਨਾ ਦੁਬਾਰਾ ਬਸ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਦੂਜਾ ਆਪਣਾ ਆਰਾਮ ਨਾਲ ਨਹਾ ਧੋ ਕੇ ਨਾ ਫਿਰ ਮੈਂ ਰਸੋਈਏ ਚਵਾੜੇ ਵੀ ਨਹੀਂ ਆ ਫਿਰ ਮੇਰੇ ਕੋਲ ਕ ਦੇਲੇ ਕੰਮ ਵਾਲੀ ਕਹਿੰਦੀ ਤਾਂ ਮੈਂ ਸੋਚੀ ਨਹੀਂ ਕਿ ਸਫਾਈ ਵੀ ਮੇਰੇ ਨਹਾਉਣ ਤੋਂ ਪਹਿਲੇ ਹੋਵਾਂ ਜੇ ਤਾਂ ਠੀਕ ਹੈ ਪਰ ਮੇਰੇ ਘਾਰੇ 'ਚ ਨਹੀਂ ਹੋ ਪਾਂਦੀ ਕਿਉਂਕਿ ਬਾਹਰ ਨਾ ਬਹੁਤ ਸਾਰੀ ਐਕਟੀਵਾ ਖੜੀ ਹੁੰਦੀਆਂ ਤੇ ਫਿਰ ਮੈਂ ਫਟਾਫਟ ਨਹਾਦੋ ਕੇ ਚਾਹ ਪੀ ਕੇ ਆ ਗਈ ਆ ਆਟਾ ਮਲਣ ਵਾਸਤੇ ਕਿਉਂਕਿ ਰਸੋਈ ਦੇ ਕੰਮ ਸ਼ੁਰੂ ਥੀ ਗਏ ਨਾਸ਼ਤੇ ਦੀ ਤਿਆਰੀ ਕਰਨੀ ਹੁੰਦੀ ਹੈ ਅੱਜ ਸਾਡੇ ਘਰ ਆਇਆ ਪਈਏ ਕਟਹਲ ਤੇ ਮੈਨੂੰ ਕਟਲ ਦੀ ਸਬਜੀ ਨਾ ਬਹੁਤ ਜ਼ਿਆਦਾ ਸੁਆਦ ਨਹੀਂ ਲੱਗਦੀ ਬਸ ਕਦੇ-ਕਦੇ ਕੋਈ ਚੰਗੀ ਤਰੀਕੇ ਬਣੀ ਹੋਵੇ ਤਾਂ ਲੱਗਦੀ ਹੈ ਤੇ ਇਹਦੀ ਸਬਜੀ ਬਣੇ ਸੁਣਾ ਤਾਂ ਮੈਂ ਤਾਂ ਕੋਈ ਵੀ ਖੇਸਾ ਕਿ ਅਸਾ ਕਿਵੇਂ ਬਣੇ ਨੇ ਫ ਪਰਲਮਨ ਨੂੰ ਵਾਸਤੇ ਫਿਰ ਘਰਲੇ ਵਾਸਤੇ ਫਿਰ ਮੰਮੀ ਪਾਪਾ ਵਾਸਤੇ ਮਤਲਬ ਈਵੇਂ ਹੀ ਸਾਡੀ ਪਰੇਡ ਚਲਦੀ ਰਹਿੰਦੀ ਹੈ ਗਰਮੀਆਂ ਵਿੱਚ ਬਹੁਤ ਲੇਟਦੀ ਵਹਿੰਦਾ ਸਰਦੀਆਂ ਵਿੱਚ ਥੋੜਾ ਜਲਦੀ ਹੋਵੈਂਦਾ ਕਿਉਂਕਿ ਪਾਪਾ ਜੀ ਵੀ ਜਲਦੀ ਲੱਗੇ ਵੈਂਦੇ ਨੇ ਤੇ ਅੱਜ ਸੈਂਡਵਿਚ ਬਣਿਆ ਹੈ ਤੇ ਅੱਜ ਸਾਰੇ ਘਰ ਦੇ ਸੈਂਡਵਿਚ ਖਾਸੇ ਨੇ ਪਰ ਮੰਮੀ ਦਾ ਇੱਕ ਆਦਿਸ਼ੀ ਦਾ ਵਰਤ ਤੇ ਮੰਮੀ ਤਾਂ ਕਹਿਣਾ ਖਾਸੀ ਪਰ ਅਸਾ ਸਾਰੇ ਤਾਂ ਆਪ ਸੈਂਡਵਿਚ ਦਾ ਹੀ ਨਾਸ਼ਤਾ ਕਰੇ ਨੂੰ ਫਿਰ ਫਟਾਫਟ ਮੈਂ ਆ ਗਈ ਰਸੋਈ ਚ ਨਾਲੋ ਨਾਲ ਨਾਲ ਥੋੜੇ ਥੋੜੇ ਭਾਂਡੇ ਵੀ ਧੋਨੇ ਰਾਨੀਆ ਤਾਂ ਕਿ ਨਾ ਬਹੁਤ ਜ਼ਿਆਦਾ ਇਕੱਠੇ ਨਾ ਥੀਵੈਂ ਕਿਉਂਕਿ ਐਸਾ ਕੋਈ ਨੇ ਨਾਲੋਂ ਨਾਲ ਤੱਕ ਢੇਰ ਨਾ ਲੱਗੇ ਤੇ ਮੇੜ ਮੇੜ ਦਾ ਪਤਾ ਕੀ ਹੁੰਦਾ ਮੇੜ ਤੇ ਭਰੋਸੇ ਰਾਵਣਾ ਪਉਂਦੇ ਨਾ ਆਵੇ ਤਾਂ ਫਿਰ ਜਿਹੜਾ ਢੇਰ ਲੱਗਿਆ ਪਿਆ ਹੁੰਦਾ ਉਹ ਬਾਅਦ ਵਿੱਚ ਮੱਲੋ ਮੈਂ ਕੰਮ ਕਰਕੇ ਆ ਕੇ ਵੇਲੀ ਥਈਆਂ ਇੱਥੇ ਮੇਰਾ ਆ ਗਿਆ ਪਾਰਸਲ ਇਹ ਪੈਸ ਪਾਰਸਲ ਜਿਹੜਾ ਨਾ ਫ੍ਰੀ ਵਾਲਾ ਕਹਿਨੀ ਇਹ ਪਾਰਸਲ ਮੈਂ ਪੈਸੇ ਭਰ ਕੇ ਮੰਗਵਾਇਆ ਤੇ ਇਹਦੇ ਵਿੱਚੇ ਮੰਗਵਾਇਆ ਹੈ ਮੈਂ ਮੇਰਾ ਫੇਵਰਟ ਸ਼ੈਂਪੂ ਇਹ ਸ਼ੈਂਪੂ ਨਾ ਮੇਰੇ ਕੋਲ ਨਾ ਆਇਆ ਹੀ ਕੋਸ 4-5 ਮਹੀਨੇ ਪਹਿਲੇ ਕੋਲਾਬੋਰੇਸ਼ਨ ਵਾਸਤੇ ਤੇ ਫਿਰ ਜਲੇ ਵੀ ਕੋਈ ਕੋਲਾਬੋਰੇਸ਼ਨ ਵਾਸਤੇ ਆਉਂਦਾ ਤਾਂ ਮੈਂ ਸਾਰੀਆਂ ਛਈਆਂ ਕੋ ਯੂਜ਼ ਕਰਕੇ ਤਾਂ ਵੇਚਦੀ ਆ ਪਰ ਬਹੁਤ ਜ਼ਿਆਦਾ ਹੁੰਦਾ ਪਿਆਈ ਤੇ ਫਿਰ ਮੈਂ ਇਹ ਸ਼ੈਂਪੂ ਲੈ ਆਇਆ ਨਾ ਘਟ ਹੋ ਗਿਆ ਤਾਂ ਹੀ ਮस्ते ਮੈਂ ਕੋ ਦੁਬਾਰਾ ਆਪਣੇ ਪੈਸੇ ਭਰ ਕੇ ਮੰਗਵਾਇਆ ਕਿਉਂਕਿ ਕੋਈ ਵੀ ਕੰਪਨੀ ਸਿਰਫ ਇੱਕ ਵਾਰ ਵੀ ਜਿੰਦੀ ਆ ਬਾਰ ਬਾਰ ਤਾਂ ਵੀ ਜਿੰਦੀ ਨਹੀਂ ਕਹਿੰਦੇ ਤੇ ਅੱਜ ਜਿਵੇਂ ਮੈਂ ਵੀਡੀਓ ਸ਼ੂਟ ਕਰਨ ਬੈਠੀ ਨਾ ਮੇ ਕੋਈ ਨਾ ਜ਼ਿਆਦਾ ਸੇ ਰੀਪੜਦੀ ਆ ਬਹੁਤ ਜ਼ਿਆਦਾ ਮੇਰੇ ਨਾਲ ਇਹ ਹੁੰਦਾ ਜੇਲੇ ਵੀ ਮੈਂ ਵੀਡੀਓ ਸ਼ੂਟ ਕਰਨ ਲੱਗਦੀ ਆ ਨਾ ਤਾਂ ਮੇਰਾ ਸੇ ਰੀਪੜ ਹੋਵੇ ਤਾਂ ਮੈਨੂੰ ਪਤਾ ਲੱਗਵਿੰਦਾ ਕਿ ਹੁਣ ਮੇਕੋ ਨજર ਲੱਗੀ ਪਈ ਹੈ ਮੇਕੋ ਨજર ਲਾਹਮਣੀ ਪੋਸੀ ਹੁਣ ਕੁਝ ਲੋਕ ਕਹਿੰਦੇ ਨੇ ਕਿ ਅਸਰ ਨજર ਵਜਾ ਤੋ ਕੋ ਨਾਮ ਮਨੇਨੇ ਕਰਨੀ ਪਰ ਮੈਂ ਤਾਂ ਮਨੇਨੀਆ ਕਿਉਂਕਿ ਮੇਕੋ ਕੋਈ ਟੋਕ ਦੇਵੇ ਨਾ ਹਾਂ ਅੱਜ ਕੱਲ ਤਾਂ ਤੂੰ ਬਹੁਤ ਪੈਸੇ ਕਮਾਉਣ ਲੱਗੀ ਹੈ ਬਹੁਤ ਫੇਮਸ ਹੋ ਗਈ ਹੈ ਤਾਂ ਮੇਕੋ ਨજર ਲੱਗਵਿੰਦੀ ਹੈ ਤੇ ਮੇਰਾ ਨਾ ਸੇ ਰੀਪੜ ਥੀਵਿੰਦਾ ਫਿਰ ਮ ਗਰ ਬਣੀ ਹੈ ਆਲੂਰ ਵੀ ਤੇ ਸਬਜੀ ਭਿੰਡੀ ਵੀ ਪਈ ਹੈ ਪਰ ਮੰਨੂ ਕੋ ਰੋਟੀ ਖਾਵਣੀ ਹੈ ਜਿਹੜੇ ਮੈਂ ਆਲੂ ਸੈਂਡਵਿਚ ਵਾਸਤੇ ਬਣਾਇਆ ਨਾ ਸਵੇਰੇ ਟੋਸਟ ਵਾ ਤੇ ਉਹਨਾਂ ਦੇ ਨਾਲ ਰੋਟੀ ਕਿਉਂਕਿ ਏ ਕੋ ਨਾ ਇਹ ਬਹੁਤ ਸਵਾਦ ਲੱਗਦੇ ਨੇ ਕੱਚੇ ਵੀ ਖਾ ਲੈਂਦਾ ਫਿਰ ਰੋਟੀ ਰੋਟੀ ਖਾ ਕੇ ਅਸਾ ਬਣਾਈਏ ਇੱਕ ਵੀਡੀਓ ਵੀਡੀਓ ਸ਼ੂਟ ਕਰਨ ਵਾਸਤੇ ਪਤਾ ਹੈ ਇੱਕ ਤਾਂ ਇਹਨਾਂ ਨੂੰ ਮਨਾਵਣਾ ਬਹੁਤ ਹੈ ਕਿ ਇਹਨਾਂ ਨੂੰ ਦਾਵਾਰਾ ਕਰ ਬੰਦੇ ਬਣਵਾ ਲਓ ਬਣਵਾ ਲਓ ਤੇ ਫਿਰ ਉਸ ਤੋਂ ਬਾਅਦ ਰੀਟੈਕ ਲੱਗਦੇ ਤਾਂ ਪਰੇਸ਼ਾਨ ਥੀ ਵੇਦਨ ਫਿਰ ਅਸਾ ਚੱਲ ਪਿਆ ਲਾਠੀ ਚਾਕੇ ਬਾਅਰ ਮਤਲਬ ਲੜਾਈ ਕਰਨ ਕਹਿ ਨਹੀਂ ਵੰਦੇ ਪੇ ਟੈਨਸ਼ਨ ਨਾ ਲੋ ਮੰਨੂ ਨੇ ਪਾਰਕ ਵਿੱਚ ਨਾ ਫੁੱਟਬਾਲ ਖੇਡਣਾ ਐ ਤੇ ਇਹ ਖੱਡਾ ਥੀ ਆ ਪੇ ਇੰਨਾ ਗਹਿਰਾ ਤੇ ਇੱਥੇ ਇੰਦੀ ਚਲੀ ਗਏ ਫੁੱਟਬਾਲ ਤੇ ਇਹ ਕੋਸ਼ਿਸ਼ ਕਰ ਕਰਕੇ ਲੱਗ ਗਿਆ ਮੇਕੋ ਸਾੜ ਕੇ ਲਾਇਆ ਕਿ ਮੰਮੀ ਕੁਛ ਕਰੋ ਇਹ ਬੋਲ ਕੋ ਗੱਡੋ ਔਰ ਬੋਲ ਇਹ ਮਹਿੰਗੀ ਇਵੇਂ ਤਾਂ ਛੋੜ ਕੇ ਨਹੀਂ ਸਕਦੇ 100 ਰੁਪਏ ਦੀ ਤੇ ਇਹ ਕਹਿੰਦਾ 700 ਰੁਪਏ ਦੀ ਬੋਲ ਗਿੰਦੀ ਐ ਤੇ ਇਵੇਂ ਕਿਵੇਂ ਛੋੜੀਏ ਪਹਿਲੇ ਮੰਨੂ ਨੇ ਕੋਸ਼ਿਸ਼ ਕੀਤੀ ਫਿਰ ਮੈਂ ਬਹੁਤ ਕੋਸ਼ਿਸ਼ ਕੀਤੀ ਮਤਲਬ ਬੜੇ ਤਿਗੜਮ ਵਿਗੜਮ ਲਾਏ ਅੱਧਾ ਘੰਟਾ ਲੱਗਿਆ ਪਰ ਬੋਲ ਨਿਕਲਣ ਦਾ ਨਾਮ ਹੀ ਨਹੀਂ ਲੈਂਦੀ ਪੇ ਕਿਉਂ ਮੈਂ ਦੀਏ ਦੋ ਲਾਠੀਆਂ ਲਈਆ ਮੈਂ ਬੜੀ ਕੋਸ਼ਿਸ਼ ਨਾਲ ਬੜੀ ਮੁਸ਼ਕਿਲ ਨਾਲ ਜਾ ਕੇ ਇੱਕ ਬੋਲ ਕੱਢੀਏ ਛੋਟੇ ਜਿਹੇ ਬਾਲ ਨੇ ਫਿਰ ਸ਼ੁਕਰ ਹੈ ਕਿ ਬੋਲ ਨਿਕਲ ਗਈ ਤੇ ਬੋਲ ਕੱਢੀਏ ਇਸ ਛੋਟੇ ਜਿਹੇ ਬਾਲ ਨੇ ਪਤਲੇ ਉਹਨਾਂ ਦਾ ਵੀ ਫਾਇਦਾ ਹੁੰਦਾ ਐ ਇਹਨੇ ਨਾ ਝੋਕ ਕੇ ਫੋਲ ਕੱਢ ਲਈਏ ਤੇ ਮੰਨੀ ਤਾਂ ਮੰਨੂ ਬਹੁਤ ਪਰੇਸ਼ਾਨ ਰਵਿਆ ਕਿ ਮੇਰੀ ਬੋਲ ਨਿਕਲ ਸੀ ਕਿ ਕਹਨਾ ਨਿਕਲ ਸੀ ਫਿਰ ਮੈਂ ਘਰ ਆ ਕੇ ਫਟਾਫਟ ਦਾਲ ਰੱਖੀ ਮੈਂ ਕਿਾ ਚਲ ਫਟਾਫਟ ਦਾਲ ਬਦੂਲ ਬਣਾ ਲੈਣੀ ਕਿਛਤਾ ਇਹ ਜੇ ਕੰਮ ਕਰੀਣੀ ਹੈ ਗਰਮੀ ਬਹੁ ਹੈ ਨਾ ਇਹ ਕੰਮ ਕਰਕੇ ਆਨੀ ਹੈ ਫਿਰ ਥੋੜੀ देर ਕੁਲਰ ਦੇ ਅੱਗੂ ਬੈਵੈਣੀ ਹੈ ਫਿਰ ਦੂਜਾ ਕੰਮ ਕਰਕੇ ਆਨੀ ਹੈ ਫਿਰ ਬੈਵੈਣੀ ਹੈ ਸੋਖਾ ਤੀਵੇਂ ਦਾ ਤੇ ਹੋ ਇੱਕ ਹੋਰ ਮੈਂ ਗੱਲ ਦੱਸਾਂ ਤੁਸੋਂ ਜਿਹੜੇ ਵੀ ਅਸੀਂ ਵੀਡੀਓ ਬਣੇਨੀ ਹੈ ਕਰ ਲਿਆ ਤਾਂ ਰਿਸ਼ਤੇ ਤੋਂ ਹੀ ਨਿਕਲ ਦੇ ਤੂੰ ਸਾ ਹਰ ਗੱਲ ਨੂੰ ਸੀਰੀਅਸ ਲੈ ਕੇ ਕਹਿੰਦੇ ਤੂੰ ਸਾ ਰਿਸ਼ਤੇ ਦਾ ਮਜ਼ਾਕ ਉੜੇਂਦੇ ਹੋ ਇਹ ਕਰੇਂਦੇ ਹੋ ਕਰੇਂਦੇ ਕੋ ਮੈਨੂੰ ਥੋੜਾ ਜਿਹਾ ਨਾ ਬੁਰਾ ਲੱਗਦਾ ਨਾਲੇ ਕੱਲ ਵਾਲੇ ਮੈਂ ਕੱਲ ਵਲੋਗ ਵੀ ਕਹਿ ਨਹੀਂ ਪਾਇਆ ਪਰਸੋ ਵਾਲੇ ਵਲੋਗ ਇਸ ਨਾਲ ਦੋ ਤਿੰਨ ਲੋਕਾਂ ਨੇ ਆਕਰ ਕੇ ਕਿ ਸਪੈਸ਼ਲ ਘਰ ਘਰ ਦਾ ਕੰਮ ਕਰੇਂਦੇ ਹੋ ਅਸਾ ਵੀ ਤਾਂ ਕਰੇਨੇ ਆ ਮੈਨੂੰ ਫਿਰ ਲੱਗਿਆ ਮੈਂ ਕਿਹਾ ਚਲੋ ਫਿਰ ਲੇਕਿਨ ਫਿਰ ਜਲੇ ਮੈਂ ਨਹੀਂ ਬਣੇਂਦੀ ਤਾਂ ਫਿਰ ਲੋਕਾਂ ਦਾ ਮੈਸੇਜ ਆਵੰਦਾ ਕਿ ਤੁਸੀਂ ਵਲੋਗ ਕਿਉਂ ਨਹੀਂ ਬਣੇਂਦੇ ਔਰ ਮੈਨੂੰ ਸਮਝ ਨਹੀਂ ਆਂਦੀ ਕਿ ਮੈਂ ਕੀ ਕਰਾਂ ਮੈਨੂੰ ਨਾ ਲੋਕਾਂ ਦੀ ਗੱਲਾਂ ਫਿਰ ਦਿਲ ਤੇ ਵੀ ਲੱਗ ਜਾਂਦੀਆਂ ਨੇ ਫਿਰ ਮੈਂ ਕਈ ਵਾਰ ਸੋਚੀ ਨਹੀਂ ਆ ਕਿ ਇਗਨੋਰ ਮਾਰਾਂ ਪਰ ਕਈ ਵਾਰ ਇਗਨੋਰ ਨਹੀਂ ਵੀ ਲੱਗਦਾ ਹੁਣ ਮੈਂ ਫਟਵਰਦal ਬਣਾ ਕੇ ਆ ਗਈ ਹੁਣ ਮੈਂ ਕਰੇ ਸਾ ਵੀਡੀਓ ਐਡਿਟ ਤੇ ਮੇਰੇ ਕੋਲ ਕਿਸੇ ਨੇ ਪੁੱਛਿਆ ਤੂੰ ਸਾ ਵੀਡੀਓ ਐਡਿਟ ਕਿਹੜੇ ਮਾਈਕ ਨਾਲ ਕਰੀਦਾ ਉਹ ਤਾਂ ਮੈਂ ਤੁਹਾਨੂੰ ਆਪ ਕੋ ਦੱਸ ਦੇਵਾਂ ਮੇਰੇ ਕੋਲ ਹੈ 8dge tech ਦਾ ਮਾਈਕ ਮੈਂ ਇਹਦੇ ਨਾਲ ਹੀ ਸਾਰੀ ਵੀਡੀਓ ਐਡਿਟ ਕਰੇਨੀ ਆ ਵੌਇਸ ਓਵਰ ਵੀ ਕਰੇਨੀ ਆ ਕੇ ਸ਼ੂਟ ਵੀ ਕਰ ਲੈਨੀ ਆ ਵੌਇਸ ਵੀ ਬੜੀ ਕਲੀਅਰ ਆਂਦੀ ਉਹ ਤਾਂ ਆਪ ਕੋ ਸੁਣਨ ਦੀ ਹੋਸੀ ਚਲੋ ਜੀ ਹੁਣ ਮੈਂ